ਹਿੰਦੂ ਨਿਆਇਪੀਠ ਅਤੇ ਸ਼ਿਵ ਸੈਨਾ ਯੁਵਾ ਮੋਰਚਾ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ, ਜਿਸ ਵਿੱਚ ਕਿਹਾ ਗਿਆ ਹੈ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਹੋਏ ਹਮਲੇ ਦੇ ਯਾਤਰੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਸਿੱਖਿਆ ਲਈ ਹਰ ਸਾਲ ਗੁੰਮ ਹੁਮਾ ਕੇ ਜਾਂਦੇ ਨੇ ਭਗਵਾਨ ਭੋਲੇਨਾਥ ਦੇ ਦਰਸ਼ਨਾਂ ਨੂੰ, ਉਹਨਾਂ ਦੀ ਯਾਤਰਾ ਦੇ ਵਿੱਚ ਹਰ ਵਾਰੀ ਵਿਘਨ ਪਾਉਣ ਦੀ ਕੋਸ਼ਿਸ਼ ਪਾਕਿਸਤਾਨ ਪ੍ਰਸਤ ਆਤੰਕਵਾਦੀ ਕਰਦੇ ਨੇ, ਔਰ ਇਸ ਵਾਰੀ ਵੀ ਦੇਸ਼ ਦੇ ਸੁਰੱਖਿਆ ਬਲਾਂ ਦੀ ਚੌਕਸੀ ਦੇ ਬਾਵਜੂਦ ਇੱਕ ਮੰਦਭਾਗਾ ਇੰਸੀਡੈਂਟ ਹੋਇਆ, ਜਿਹਦੇ 'ਚ 8 ਸਾਡੇ ਬਿਨਾਂ ਵਰਦੀ ਵਾਲੇ ਫੌਜੀ ਉਹਨਾਂ ਵੱਲੋਂ ਮਾਰੇ ਗਏ ਨੇ ਔਰ ਕਈ ਲੋਕ ਘਾਇਲ ਹੋਏ ਨੇ, ਜਿਹਦੀ ਸ਼੍ਰੀ ਹਿੰਦੂ ਨਿਆਇਪੀਠ ਭਰਤਸਨਾ ਕਰਦੀ ਆ, ਔਰ ਨਾਲ ਹੀ ਭਾਰਤ ਸਰਕਾਰ ਤੋਂ ਮੰਗ ਕਰਦੀ ਆ ਕਿ ਜਿਹੜੇ ਵੀ ਉੱਥੇ ਸ਼ਹੀਦ ਹੋਏ ਨੇ ਅਮਰਨਾਥ ਯਾਤਰੀ, ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਉਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦਾ ਮੁਆਵਜ਼ਾ, ਉਹਨਾਂ ਦੇ ਪਰਿਵਾਰ 'ਚੋਂ 1-1 ਆਸ਼ਰਤ ਨੂੰ ਘੱਟ ਤੋਂ ਘੱਟ JCO ਰੈਂਕ ਦੀ ਸੁਰੱਖਿਆ ਬਲਾਂ 'ਚ ਨੌਕਰੀ, ਜਿਸ ਤਰ੍ਹਾਂ ਸ਼ਹੀਦ ਦੇ ਪਰਿਵਾਰ ਨੂੰ ਪੈਟਰੋਲ ਪੰਪ ਜਾਂ ਗੈਸ ਏਜੰਸੀ ਮਿਲਦੀ ਆ, ਉਸੇ ਤਰ੍ਹਾਂ ਉਹਨਾਂ ਨੂੰ ਵੀ ਦਿੱਤੀ ਜਾਵੇ, ਔਰ ਦੂਸਰੇ ਪਾਸੇ ਹੁਰੀਅਤ ਨੇਤਾਵਾਂ ਨੂੰ ਜਿਹੜੀ ਜ਼ਪਲਾ ਸਿਕਿਉਰਿਟੀ ਦਿੱਤੀ ਆ ਉਹ ਵਾਪਸ ਲਈ ਜਾਵੇ, ਉਹਨਾਂ ਦੇ ਉੱਤੇ ਦੇਸ਼ ਦਰੋਹ ਯਾਨੀ ਸਡੀਸ਼ਨ ਦਾ ਮੁਕੱਦਮਾ ਦਰਜ ਕਰਕੇ ਤੁਰੰਤ ਪ੍ਰਭਾਵ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ। ਅਸੀਂ ਇਹ ਮੰਗ ਕਰਦੇ ਹਾਂ, ਅਗਰ ਇਹ ਮੰਗਾਂ ਪ੍ਰਧਾਨ ਮੰਤਰੀ ਮਹੋਦਯ ਨੇ 15 ਦਿਨਾਂ 'ਚ ਨਾ ਪੂਰੀਆਂ ਕੀਤੀਆਂ ਤਾਂ ਸ਼੍ਰੀ ਹਿੰਦੂ ਨਿਆਇਪੀਠ ਦੇਸ਼ ਦੇ ਸਾਰੇ ਸ਼ਕਤੀ ਪੀਠਾਂ ਦੇ ਵਿੱਚ ਇੱਕ ਪ੍ਰਚੰਡ ਅੰਦੋਲਨ ਚਲਾਏਗੀ ਔਰ ਇਸ ਮੌਜੂਦਾ ਸਰਕਾਰ ਨੂੰ ਚੂੜੀਆਂ ਭੇਜਣ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਜੈ ਸ਼੍ਰੀ ਰਾਮ, ਜੈ ਹਿੰਦ, ਜੈ ਵੀਰ ਬਜਰੰਗ। ਹਿੰਦੂ ਨਿਆਇਪੀਠ ਵੱਲੋਂ DC ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ। ਸਾਡਾ ਅੱਜ ਦਾ ਜਿਹੜਾ ਰੋਸ ਹੈ ਉਹ ਮੁੱਖ ਸਾਡਾ ਰੋਸ ਇਹ ਆ ਵੀ ਜਿਹੜਾ ਅਮਰਨਾਥ ਯਾਤਰੀਆਂ 'ਤੇ ਜਿਹੜੇ ਹਮਲੇ ਹੋ ਰਹੇ ਆ, ਸਰਕਾਰਾਂ ਉਹਦੇ ਵੱਲ ਧਿਆਨ ਨਹੀਂ ਦੇ ਰਹੀਆਂ। ਜਿੱਦਾਂ ਸਰਕਾਰਾਂ ਸਾਡੀ ਜਿਹੜੀ ਕੇਂਦਰੀ ਸਰਕਾਰ ਆ, ਭਾਰਤੀ ਜਨਤਾ ਪਾਰਟੀ ਸਰਕਾਰ ਆ, GST 'ਤੇ ਬਹੁਤ ਦਬਾਅ, GST ਲਈ ਬਹੁਤ ਉਪਰਾਲੇ ਕਰ ਰਹੀ ਆ, ਹੋਰ ਨੋਟਬੰਦੀ 'ਤੇ ਇਹਨੇ ਬਹੁਤ ਉਪਰਾਲੇ ਕੀਤੇ, ਪਰ ਜਿਹੜੇ ਸਾਡੇ ਸ੍ਰਿਸ਼ਟੀ ਦੇ ਮਾਲਕ ਨੇ ਸ਼ੰਕਰ ਭਗਵਾਨ, ਜਦੋਂ ਉਹਨਾਂ ਦੀ ਯਾਤਰਾ ਸ਼ੁਰੂ ਹੁੰਦੀ ਆ ਤਾਂ ਉਹਦੇ ਵੱਲ ਖਾਸ ਜਿਹੜੇ ਧਿਆਨ ਨਹੀਂ ਕੀਤਾ ਜਾਂਦਾ, ਪ੍ਰਬੰਧ ਨਹੀਂ ਕੀਤਾ ਜਾਂਦਾ। ਇਹ ਸਾਡੇ ਧਰਮ ਨੂੰ ਇੱਕ ਠੇਸ ਪਹੁੰਚਾਉਣ ਦੀ ਗੱਲ ਆ ਵੀ ਜਿਹੜੀ ਇੱਕ ਮਹੀਨੇ ਦੀ ਜਿਹੜੀ ਮਹੀਨੇ ਡੇਢ ਮਹੀਨੇ ਦੀ ਯਾਤਰਾ ਸਾਡੇ ਸ਼ੰਕਰ ਭਗਵਾਨ ਦੀ ਸ਼ੁਰੂ ਹੁੰਦੀ ਆ, ਉਹਨੂੰ ਇਹਨਾਂ ਕਸ਼ਮੀਰੀ ਕੁੱਤਿਆਂ ਵੱਲੋਂ ਉਸ ਯਾਤਰਾ ਦੇ ਵਿੱਚ ਵਿਘਨ ਪਾਉਣ ਦੇ ਲਈ ਕਈ ਉਪਰਾਲੇ ਕੀਤੇ ਜਾਂਦੇ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਨਰਿੰਦਰ ਮੋਦੀ ਜੀ ਤੋਂ ਮੰਗ ਕਰਦੇ ਹਾਂ, ਹਿੰਦੂ ਨਿਆਇਪੀਠ ਵੱਲੋਂ ਮੰਗ ਕਰਦੇ ਹਾਂ ਵੀ ਮੋਦੀ ਸਾਹਿਬ ਤੁਸੀਂ GST 'ਤੇ ਬਹੁਤ ਧਿਆਨ ਦੇ ਰਹੇ ਹੋ, ਪਰ ਜਿਹੜੇ ਸ੍ਰਿਸ਼ਟੀ ਦੇ ਮਾਲਕ ਨੇ ਸ਼ੰਕਰ ਭਗਵਾਨ, ਜਦੋਂ ਉਹਨਾਂ ਦੀ ਯਾਤਰਾ ਸ਼ੁਰੂ ਹੁੰਦੀ ਆ ਉਹਦੇ ਵੱਲ ਵੀ ਧਿਆਨ ਕਰਿਆ ਕਰੋ। ਤੁਹਾਡੀ ਬਹੁਮਤ ਦੇ ਨਾਲ ਬਣੀ ਹੋਈ ਸਰਕਾਰ ਆ, ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਹੋਣੀ ਚਾਹੀਦੀ ਆ ਵੀ ਜਿਹੜਾ ਸਾਡੇ ਭਾਰਤ ਦਾ ਕਾਨੂੰਨ ਆ ਉੱਥੇ ਲਾਗੂ ਹੋਵੇ, ਉਹਨਾਂ ਜਿਹੜੇ ਕਸ਼ਮੀਰੀਆਂ ਨੂੰ ਆ ਉਹਨਾਂ ਨੂੰ ਬੰਦ ਹੀ ਉਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਆ। ਸਾਡੀ ਮੰਗ ਆ ਵੀ ਸਰਕਾਰਾਂ ਜਿਹੜੇ ਸ਼ਹੀਦ ਹੋਏ ਨੇ ਸਾਡੇ 7 ਯਾਤਰੀ, ਉਹਨਾਂ ਨੂੰ ਸਰਕਾਰੀ ਨੌਕਰੀਆਂ, ਜਿਵੇਂ ਕਿ ਡੰਗ ਸਾਹਿਬ ਨੇ ਕਿਹਾ ਸਰਕਾਰੀ ਨੌਕਰੀਆਂ, ਪੈਟਰੋਲ ਪੰਪ ਜਾਂ ਉਹਨਾਂ ਨੂੰ ਗੈਸ ਏਜੰਸੀ ਦਿੱਤੀਆਂ ਜਾਣ। ਲੇਟੈਸਟ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਪੰਜਾਬ ਪੇਪਰ।